ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਿਤਾ ਜੀ ਦਾ ਨਾਮ ਰਾਮਦੇਵ ਸੀ ਜੀ ਮਾਤਾ ਜੀ ਦਾ ਨਾਮ ਸੀਤਾ bai ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬਚਪਨ ਦਾ ਨਾਮ ਲਖਮਣ ਦਾਸ ਸੀ ਜੀ 1684 ਤੋਂ ਸਫਰ ਸ਼ੁਰੂ ਹੋਇਆ ਫਿਰ 1708 ਈਸਵੀ ਦੇ ਵਿੱਚ ਜੀ ਮਹਾਰਾਸ਼ਟਰ ਨਦੇੜ ਵਿਖੇ ਦਸਵੇਂ ਪਾਸ਼ਾ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਲਾਪ ਹੋਇਆ ਸੀ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਔਗੜਨਾਹ ਦੇ ਜਾਣ ਤੋਂ ਬਾਅਦ ਜਿਹੜੇ ਉਹਨਾਂ ਦੇ ਤੀਸਰੇ ਗੁਰੂ ਸੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਮਿਲੇ ਸੀਗੇ ਸੀਗੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਿੱਚ ਇੰਨੀਆਂ ਸ਼ਕਤੀਆਂ ਸੀ ਜੀ ਉਹਨਾਂ ਨੇ ਇੱਕ ਮੰਝਾ ਸੀ ਜੀ ਜਿਹੜਾ ਕਿ ਬਾਣ ਦਾ ਬੁਣਿਆ ਹੋਇਆ ਸੀ ਚੰਦਨ ਦੇ ਪਾਵੇ ਸੀ ਜੀ ਉਸ ਮੰਝੇ ਦੇ ਬਹੁਤ ਸ਼ਕਤੀਸ਼ਾਲੀ ਜੀ ਉਹ ਮੰਝਾ ਸੀਗਾ ਜੀ ਜਿਹੜਾ ਵੀ ਵਿਅਕਤੀ ਉਸ ਮੰਝੇ ਦੇ ਉੱਤੇ ਬੈਠਦਾ ਸੀ ਤਾਂ ਉਹ ਸ਼ਕਤੀਆਂ ਦੇ ਨਾਲ ਮੰਜੇ ਨੂੰ ਪਲਟ ਦਿੱਤਾ ਜਾਂਦਾ ਸੀ ਮੰਜਾ ਪਲਟ ਜਾਂਦਾ ਸੀ ਤੇ ਉਹ ਇਨਸਾਨ ਥੱਲੇ ਗਿਰ ਜਾਂਦਾ ਸੀ ਕਿਹਾ ਜਾਂਦਾ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਪ੍ਰਣ ਕੀਤਾ ਹੋਇਆ ਸੀ ਵੀ ਜਿਹੜਾ ਬੰਦਾ ਜੀ ਇਸ ਮੰਜੇ ਦੀਆਂ ਸ਼ਕਤੀਆਂ ਨੂੰ ਇਸ ਮੰਜੇ ਦੀ ਕਰਾਮਾਤ ਨੂੰ ਰੋਕ ਲਊਗਾ ਪਲਟਣ ਤੋਂ ਰੋਕ ਲਊਗਾ ਤਾਂ ਮੈਂ ਉਸ ਬੰਦੇ ਨੂੰ ਆਪਣਾ ਗੁਰੂ ਮੰਨ ਲਵਾਂਗਾ ਦਸਵੇਂ ਪਾਤਸ਼ਾਹ ਉਸ ਜਗ੍ਹਾ ਗਏ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਡੇਰੇ ਤੇ ਗਏ ਜੀ ਜੇਕਰ ਤੁਸੀਂ ਉਸ ਦੇ ਉਸ ਡੇਰੇ ਦੇ ਜੀ ਉਸ ਸਥਾਨ ਦੇ ਵੀ ਦਰਸ਼ਨ ਨਹੀਂ ਕੀਤੇ ਮਹਾਰਾਸ਼ਟਰ ਵਿਖੇ ਤਾਂ ਸਾਡੇ ਚੈਨਲ ਤੇ ਜਾ ਕੇ ਉਸ ਸਥਾਨ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ ਦਸਵੇਂ ਪਾਤਸ਼ਾਹ ਉਸ ਮੰਝੇ ਦੇ ਉੱਤੇ ਬੈਠੇ ਜੀ ਮੰਝਾ ਪਲਟਣਾ ਕੀ ਸੀ ਆਪ ਰੱਬ ਆਪ ਪ੍ਰਮਾਤਮਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਬੰਜੇ ਦੇ ਉੱਤੇ ਬਿਰਾਜਮਾਨ ਸੀਗੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਿਰ ਝੁਕਾਇਆ ਜੀ ਦਸਵੇਂ ਪਾਤਸ਼ਾਹ ਅੱਗੇ ਜੀ 10ਵੇਂ ਪਾਸ਼ਾ ਨੇ ਥਾਪੜਾ ਦਿੱਤਾ ਜੀ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ ਜੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਥਾਪੜਾ ਮਿਲਣ ਤੋਂ ਬਾਅਦ ਜੀ ਪੰਜਾਬ ਵੱਲ ਨੂੰ ਕੂਚ ਕੀਤਾ ਜੀ ਪੰਜਾਬ ਵਿੱਚ ਆਏ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੱਖ ਰਾਜ ਕਾਇਮ ਕੀਤਾ ਪੰਜਾਬ ਦੇ ਵਿੱਚ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਜਗ੍ਹਾ ਦੀ ਇਸ ਸਥਾਨ ਦੇ ਉੱਤੇ ਆ ਗਏ ਸੀਗੇ ਜੀ ਇਸ ਸਥਾਨ ਦੇ ਉੱਤੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭਗਤੀ ਕੀਤੀ ਜੀ ਤਪੱਸਿਆ ਕੀਤੀ ਜੀ 700 ਸਾਲ ਦਾ ਮੁਗਲ ਰਾਜ ਸੀ ਜਿਹੜਾ ਚੱਲ ਰਿਹਾ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਤਮ ਕੀਤਾ ਸੀ ਖਤਮ ਕਰਕੇ ਬਾਬਾ ਜੀ ਇਸ ਸਥਾਨ ਦੇ ਉੱਤੇ ਆਏ ਜਦੋਂ ਬਾਬਾ ਜੀ ਇਸ ਸਥਾਨ ਦੇ ਉੱਤੇ ਆ ਗਏ ਨੇ ਤਾਂ ਮੁਗਲਾ ਨੇ ਫਿਰ ਉਸੇ ਤਰ੍ਹਾਂ ਆਪਣਾ ਪੰਜਾਬ ਦੇ ਵਿੱਚ ਚੱਲਣ ਸ਼ੁਰੂ ਕਰ ਦਿੱਤਾ ਫਿਰ ਇਸ ਜਗ੍ਹਾ ਤੋਂ ਵਾਪਸ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਵੱਲ ਨੂੰ ਗਏ ਜੀ ਫਿਰ ਗ੍ਰਿਫਤਾਰੀ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 740 ਸਿੱਖ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਗ੍ਰਿਫਤਾਰ ਕੀਤੇ ਜਾਂਦੇ ਨੇ ਬਾਬਾ ਜੀ ਦਾ ਬੇਟਾ ਅਜੇ ਸਿੰਘ ਜਿਸ ਦੀ ਉਮਰ ਤਕਰੀਬਨ 4 ਸਾਲ ਦੀ ਸੀ ਜੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਆ ਜਿਸ ਜਗ੍ਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਮਹਿਰੋਲੀ ਦਿੱਲੀ ਵਿਖੇ ਜੀ ਜੇਕਰ ਤੁਸੀਂ ਉਸ ਸਥਾਨ ਦੇ ਵੀ ਦਰਸ਼ਨ ਨਹੀਂ ਕੀਤੇ ਤਾਂ ਸਾਡੇ ਚੈਨਲ ਤੇ ਜਾ ਕੇ ਉਸ ਸਥਾਨ ਦੇ ਵੀ ਦਰਸ਼ਨ ਕਰ ਸਕਦੇ ਹੋ ਬਹੁਤ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਤੋਂ ਪਹਿਲਾਂ ਜੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ بیٹے ਦਾ ਉਹਨਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਜੀ ਦੇ ਮੂੰਹ ਦੇ ਵਿੱਚ ਜ਼ਬਰਦਸਤੀ ਤੁੰਗਿਆ ਗਿਆ ਜੀ ਉਹਨਾਂ ਦੇ بیٹے ਦੀ ਸ਼ਹੀਦੀ ਹੋਈ ਜੀ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਜੀ ਬਹੁਤ ਲਾਸਾਨੀ ਕੁਰਬਾਨੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਨ੍ਹਾਂ ਨੇ ਸਿੱਖ ਰਾਜ ਕਾਇਮ ਕੀਤਾ ਸੀਗਾ ਜੀ 700 ਸਾਲ ਪੁਰਾਣਾ ਮੁਗਲਾਂ ਦਾ ਰਾਜ ਖਤਮ ਕੀਤਾ ਸੀਗਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਜੀ ਇਹ ਬਣੀ ਹੋਈ ਆ ਗੁਰੂ ਨਾਨਕ ਬਾਟਿਕਾ ਤੁਸੀਂ ਯਕੀਨ ਮੰਨਿਓ ਪੰਛੀਆਂ ਦੀਆਂ ਆਵਾਜ਼ਾਂ ਤੋਂ ਬਿਨਾਂ ਜੀ ਹੋਰ ਕੋਈ ਵੀ ਆਵਾਜ਼ ਤੁਹਾਨੂੰ ਇਸ ਜਗ੍ਹਾ ਸੁਣਾਈ ਨਹੀਂ ਦਿੰਦੀ ਜੀ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਪਿੱਛੇ ਜਿਹੜਾ ਚਨਾਬ ਦਰਿਆ ਵਹਿੰਦਾ ਆ ਜੀ ਉਹਦਾ ਹੀ ਪਾਣੀ ਦੀ ਆਵਾਜ਼ ਆਉਂਦੀ ਆ ਬਹੁਤ ਸੋਹਣੀ ਜਗ੍ਹਾ ਆ ਜੀ ਇਹ ਦੇਖੋ ਚਾਰੇ ਪਾਸੇ ਹਰਿਆਲੀ ਹਰਿਆਲੀ ਆ ਜੀ ਬਾਗ ਆ ਅੰਬਾਂ ਦੇ ਬਾ ਬੂਟੇ ਲੱਗੇ ਹੋਏ ਨੇ ਦੇਖੋ ਛੋਟੇ ਛੋਟੇ ਬੂਟਿਆਂ ਨੂੰ ਵੀ ਕਿੰਨਾ ਜ਼ਿਆਦਾ ਅੰਬ ਲੱਗਿਆ ਹੋਇਆ ਆ ਅੰਬੀਆਂ ਲੱਗੀਆਂ ਨੇ ਦੇਖੋ ਨਿੱਕੇ ਨਿੱਕੇ ਛੋਟੇ ਛੋਟੇ ਬੂਟੇ ਨੇ ਜੀ ਇਹੇ ਇਹ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਤਪਸਥਾਨ ਆ ਜੀ ਉਸ ਦੇ ਬਿਲਕੁਲ ਪਿਛਲੇ ਪਾਸੇ ਜੀ ਇਹ ਗੁਰੂ ਨਾਨਕ ਬਾਟਿਕਾ ਬਣੀ ਹੋਈ ਆ ਬਹੁਤ ਜ਼ਿਆਦਾ ਅੰਬ ਨੇ ਜੀ ਇਸ ਬਾਟਿਕਾ ਇਸ ਬਾਗ ਦੇ ਵਿੱਚ ਲੱਗੇ ਹੋਏ ਜੀ ਚੀਕੂਆ ਦੇ ਬੂਟੇ ਨੇ ਲੀਚੀ ਲੱਗੀ ਹੋਈ ਆ ਜੀ ਬਹੁਤ ਸੋਹਣਾ ਆ ਜੀ ਇਹ ਬਾਗ ਜਿਹੜੀ ਮਨ ਨੂੰ ਇੱਕ ਸਕੂਨ ਇੱਕ ਸ਼ਾਂਤੀ ਆਉਂਦੀ ਆ ਜਦੋਂ ਆਪਾਂ ਇਸ ਬਾਗ ਦੇ ਵਿੱਚ ਬਹਿਨੇ ਆ ਜੀ ਚਾਰੇ ਪਾਸੇ ਹਰਿਆਲੀ ਆ ਜੀ ਇਹ ਦੇਖੋ ਅੰਬ ਅੰਬੀਆਂ ਵੱਡੇ ਸਾਈਜ਼ ਦੀਆਂ ਨੇ ਜੀ ਕਿਸੇ ਬੂਟੇ ਨੂੰ ਛੋਟੀਆਂ-ਛੋਟੀਆਂ ਲੱਗੀਆਂ ਹੋਈਆਂ ਨੇ ਤੇ ਕਿਸੇ ਬੂਟਿਆਂ ਨੂੰ ਵੱਡਿਆਂ ਵੱਡੇ ਅੰਬੀਆਂ ਜੀ ਅੰਬ ਲੱਗੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿੰਨਾ ਜਿਆਦਾ ਫਲ ਪਿਆ ਹੋਇਆ ਜੀ ਇਹਨਾਂ ਬੂਟਿਆਂ ਨੂੰ ਇਹ ਆ ਗੁਰੂ ਨਾਨਕ ਬਾਟਕਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਇਹ ਬਾਗ ਬਣਿਆ ਹੋਇਆ ਜੀ ਇੱਕ ਵਾਰ ਜਰੂਰ ਇਸ ਸਥਾਨ ਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪ ਸਥਾਨ ਦੇ ਦਰਸ਼ਨ ਕਰਨ ਜਰੂਰ ਆਇਓ ਜੀ ਇਸ ਸਾਈਡ ਅਮਰੂਦਾਂ ਦੇ ਬੁੱਟੇ ਲੱਗੇ ਹੋਏ ਨੇ ਜੀ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਬਹੁਤ ਜ਼ਿਆਦਾ ਅਮਰੂਦਾਂ ਦੇ ਬੁੱਟੇ ਨੇ ਜੀ ਇੱਕ ਸਾਈਡ ਇੱਕ ਤੁਹਾਡੇ ਨਾਲ ਉਰੇ ਗੱਲ ਸ਼ੇਅਰ ਕਰਦੇ ਆਂ ਜੀ ਇਹ ਜਗ੍ਹਾ ਹੈ ਡੇਰਾ ਬਾਬਾ ਦੇ ਨਾਮ ਦੀ ਜਗ੍ਹਾ ਹੈ ਜੀ ਇਹ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤਪਸਥਾਨਾ ਹੈ ਜੀ ਇਹ ਡੇਰਾ ਬਾਬਾ ਜਗ੍ਹਾ ਦੇ ਵਿੱਚ ਜਿੰਨੇ ਵੀ ਘਰ ਨੇ ਜੀ ਇਹ ਜਿਹੜੇ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹਨਾਂ ਘਰਾਂ ਦੇ ਵਿੱਚ ਮੀਟਰ ਨਹੀਂ ਹੈਗੇ ਜੀ ਲੱਗੇ ਹੋਏ। ਯਾਨੀ ਇੱਕ ਵਾਰ ਲੋਡ ਚੈੱਕ ਕੀਤਾ ਸੀ ਉਹਨਾਂ ਨੇ। ਬਿਜਲੀ ਵਿਭਾਗ ਵਾਲਿਆਂ ਨੇ। ਉਹਦੇ ਹਿਸਾਬ ਨਾਲ ਬਿੱਲ ਭੇਜ ਦਿੰਦੇ ਨੇ ਕਿਸੇ ਨੂੰ 200, ਕਿਸੇ ਨੂੰ 500, ਕਿਸੇ ਨੂੰ 400। ਯਾਨੀ ਇਦਾਂ ਬਿੱਲ ਭੇਜਦੇ ਨੇ ਇਹ। ਜਿਵੇਂ ਆ ਸਕੂਲ ਆ। ਯਾਨੀ ਕਿਸੇ ਵੀ ਘਰ ਦੇ ਵਿੱਚ ਮੀਟਰ ਨਹੀਂ ਹੈਗਾ। ਜ਼ਿਆਦਾਤਰ ਘਰਾਂ ਦੇ ਵਿੱਚ ਏਸੀ ਵੀ ਲੱਗੇ ਹੋਏ ਨੇ। ਯਾਨੀ ਬਿੱਲ ਆ ਜਿਹੜਾ ਉਹ 200 400 ਬਸ ਇੰਨਾ ਹੀ ਆਉਂਦਾ ਆ। ਬਿਨਾ ਮੀਟਰਾਂ ਤੋਂ ਕਰਨੇ ਜੀ ਇਹ ਜਿੰਨੇ ਵੀ ਕਰਨੇ ਇਸ ਜਗਾ ਜੀ ਇਹ ਡੇਰੇ ਬਾਬਾ ਜਗਾ ਜੜੀ ਇਹ ਇਸ ਜਗਾ ਜੀ ਜਣੀ ਮੌਜਾਂ ਹੀ ਨੇ 24 ਘੰਟੇ ਸੀ ਚਲਾਓ ਚਾਹੇ ਤੁਸੀਂ ਯਾਨੀ ਬਿੱਲ ਉਹੀ 400 ਰੁਪਿਆ 300 ਰੁਪਿਆ ਜੀ ਆਉਂਦਾ ਆ ਯਾਨੀ ਮੀਟਰ ਹੈ ਹੀ ਨਹੀਂ ਅੰਦਾਜ਼ਨ ਬਿੱਲ ਭੇਜਦੇ ਨੇ ਇਹ ਇਹ ਆ ਜਗਾ ਜੀ ਡੇਰਾ ਬਾਬਾ ਢੇਰਾ ਬਾਬਾ ਵਿਖੇ ਜਿਹੜੇ ਵਿਅਕਤੀ ਬੈਠੇ ਨੇ ਜੀ ਜਿਹੜੇ ਘਰ ਨੇ ਜਿਹੜੀ ਰਹਿائش ਆ ਇਹ ਲੋਕ ਇਸ ਜਗ੍ਹਾ ਤੋਂ ਉੱਠ ਕੇ ਦੂਸਰੀ ਜਗ੍ਹਾ ਚੱਲੇ ਸੀ ਸਰਕਾਰ ਨੇ ਫਿਰ ਇਹਨਾਂ ਨਾਲ ਇੱਕ ਵਾਅਦਾ ਕੀਤਾ ਜੀ ਵੀ ਤੁਸੀਂ ਇਸ ਜਗ੍ਹਾ ਤੋਂ ਉੱਠਣਾ ਨਹੀਂ ਹੈਗਾ ਤੁਹਾਡੇ ਹਰ ਇੱਕ ਇੱਕ ਵਿਅਕਤੀ ਨੂੰ ਘਰ ਦੇ ਵਿੱਚੋਂ ਅਸੀਂ ਸਰਕਾਰੀ ਨੌਕਰੀ ਦਵਾਂਗੇ ਪਰ ਤੁਸੀਂ ਇਸ ਜਗ੍ਹਾ ਦੇ ਉੱਤੇ ਬਣੇ ਰਹੋ ਇਹ ਜਗ੍ਹਾ ਛੱਡ ਕੇ ਨਹੀਂ ਜਾਣਾ ਜੀ ਅਸੀਂ ਕਈ ਵਿਅਕਤੀਆਂ ਨਾਲ ਗੱਲ ਕੀਤੀ ਐ ਇਸ ਜਗ੍ਹਾ ਦੀ ਕਈ ਘਰਾਂ ਦੇ ਵਿੱਚ ਦੋ ਦੋ ਨੌਕਰੀਆਂ ਵੀ ਸਰਕਾਰੀ ਹੈਗੀਆਂ ਨੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਅੰਬ ਦੇ ਬੂਟੇ ਲੱਗੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਵੀ ਕਿੰਨਾ ਇਸ ਵਾਰ ਅੰਬ ਲੱਗਿਆ ਹੋਇਆ ਜੀ ਅੰਬੀਆਂ ਲੱਗੀਆਂ ਹੋਈਆਂ ਨੇ ਆਪਣੇ ਪੰਜਾਬ ਦੇ ਵਿੱਚ ਵੀ ਇਸ ਵਾਰ ਬਹੁਤ ਅੰਬ ਲੱਗਿਆ ਬੂਟਿਆਂ ਨੂੰ ਤੇ ਇਸ ਜਗ੍ਹਾ ਵੀ ਆਪਾਂ ਦੇਖ ਸਕਦੇ ਹਾਂ ਜੀ ਕਿੰਨਾ ਅੰਬ ਲੱਗਿਆ ਹੋਇਆ ਇਹਨਾਂ ਰੁੱਖਾਂ ਨੂੰ ਜੀ ਰਾਮ ਨਾਮ ਦੇਵ ਮਰਤੂ